सुख गुर दियो पासे उसे गाए ले नीता हर सिमरत
جيتا جن
करे सोई परवार नानक दास ताके कुर्बान नानक दास ताके कुर्बान हर सूरत तेरी लाज वे हर सूरत जम कछ ना कहे वाहेगुरु हर सूरत तेरी पासा टालो भी
ان بد پاسا ڈالو بھی ان بد پاسا ڈالو بھی ان بد پاسا ڈالو گرمکھ نام جپو دن راتی گرمکھ نام جپو دن راتی انت کال نہلا کہتی انت کال نہلا کہتی رن بد پاسا کالو پاسا ڈالو بیر انگد پاسا ڈالو بیر انگد پاسا ڈالو لوگ مو جی کو ایسی کھیل
هر پیاری ایسی کھیل هر پیاری هر پیاری ان بد پاسا Good.
जाओ दाता करता आप तू दाता करता आप तू तुस दे तुस दे वे तुस दे वे करे पसाओ तुस दे वे करे पसाओ तू जानो ही सबसे दिल से सोजन बाजी कर आया नानक जी उपाय कै लिख लावे तन्म बहारिया उथे सचे ही सच निबड़े चुन वक कड़े जज मालिया कड़े जज मालिया हाओ न पायन कुड़ियार हाओ न पायन कुड़ियार ना खाओ तेरे नायर ते से Thank you.
जन्म बिछड़े थे माधो बहुत जन्म बिछड़े थे माधो एह जन्म तुम्हारे लिखे एह जन्म तुम्हारे लिखे कह रविदास आस लग जीवो कह रविदास आस लग जीवो चिर पयो दर्शन देखे हाथ ना लाए कसुमड़े जल जासी टोला जल जासी टोला हाथ ना लाए कसुमड़े जल जासी टोला जल जासी टोला हाथ ना लाए कसुमड़े जल जासी टोला जल जासी टोला जल जासी टोला जल जासी टोला गुरु कृपा जासी टोला जल जासी टोला हाथ ना लाए कसुमड़े जल जासी टोला जल जासी टोला हाथ ना लाए कसुमड़े जल जासी जासी टोला जासी
I
اشتركوا
ਸੰਗਤਾਂ ਨੂੰ ਨਿਹਾਲ ਕਰਨੇ ਆਪ ਜੀ ਨੂੰ ਪਤਾ ਜਿਹੜੇ ਫੇਮਸ ਜੱਥੇ ਹਨ ਥੋੜ੍ਹੇ ਟਾਈਮ ਵਾਸਤੇ ਇੰਡੀਆ ਤੋਂ ਆਉਂਦੇ ਹਨ ਪਿੱਛੇ ਜੋ ਸਮਾਗਮ ਹੋਇਆ ਸੀ ਗਰੀਬ ਨਿਵਾਜ ਗੁਰਦੁਆਰੇ ਉਸ ਸਮਾਗਮ ਵਿੱਚ ਇਹਨਾਂ ਨੇ ਹਾਜ਼ਰੀ ਭਰੀ ਸੀ ਹੁਣ ਆਪਣੇ ਲੰਡਨ ਸਮਾਗਮ 25 ਤਰੀਕ ਤੋਂ ਆਰੰਭ ਹੋ ਰਿਹਾ ਹੈ ਉੱਥੇ ਵੀ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ ਹੋਰ ਵੀ ਜੱਥੇ ਪਹੁੰਚ ਰਹੇ ਹਨ ਸੋ ਇਹਨਾਂ ਜੱਥਿਆਂ ਦਾ ਆਪਾਂ ਵੱਧ ਤੋਂ ਵੱਧ ਜਿੱਥੇ ਕੀਰਤਨ ਵੀ ਸਾਨੂੰ ਕਰਨਾ ਉੱਥੇ ਵੱਧ ਤੋਂ ਵੱਧ ਇਹਨਾਂ ਦਾ ਸਤਿਕਾਰ ਵੀ ਕਰਨਾ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿਮਤਾਂ ਕਰਨ ਇਸੇ ਤਰ੍ਹਾਂ ਇਹਨਾਂ ਤੋਂ ਸਤਿਗੁਰ ਦੇ ਕੀਰਤਨ ਦੀ ਸੇਵਾ ਲੈਂਦੇ ਰਹਿਣ ਸਤ ਸੰਗਤ ਜੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਦਿਹਾੜਾ ਇਸ ਵਾਰੀ 23 ਮਈ ਦਿਨ ਮੰਗਲਵਾਰ ਨੂੰ ਆ ਰਹੇ ਉੱਥੇ ਸਾਨੂੰ ਅੰਦਰ ਐਤਵਾਰ ਨੂੰ ਦੋ ਧੁਰਤੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਇੱਕ ਅਖੰਡ ਪਾਠ ਸਾਹਿਬ ਅੰਮ੍ਰਿਤ ਵੇਲੇ 4 ਵਜੇ ਆਰੰਭ ਹੋਵੇਗਾ ਜਿਸ ਦੇ ਭੋਗ ਗੁਰਪੁਰਬ ਵਾਲੇ ਦਿਨ 4 ਵਜੇ ਪੈਣਗੇ ਇੱਕ ਅਖੰਡ ਪਾਠ ਸਾਹਿਬ ਤਕਰੀਬਨ ਐਤਵਾਰ ਨੂੰ 10:30 ਵਜੇ ਆਰੰਭ ਹੋਵੇਗਾ ਜਿਸ ਦੇ ਭੋਗ ਗੁਰਪੁਰਬ ਵਾਲੇ ਦਿਨ 10:30 ਵਜੇ ਪੈਣਗੇ ਦੋਨੋਂ ਹੀ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਣਗੇ ਸਤਿਗੁਰਾਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅਖੰਡ ਪਾਠ ਦੀ ਸੇਵਾ ਵਾਸਤੇ ਛਬੀਲ ਦੇ ਲੰਗਰਾਂ ਵਾਸਤੇ ਜਿਨ੍ਹਾਂ ਨੇ ਵੀ ਹਿੱਸਾ ਪਾਉਣਾ ਹੋਵੇ ਉਹ ਮਾਇਆ ਦੇ ਕੇ ਰਸੀਦ ਪ੍ਰਾਪਤ ਕਰ ਸਕਦੇ ਹੋ ਕੱਲ੍ਹ ਨੂੰ 3 ਧੁਰਕੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਹਨ ਦੋ ਅਖੰਡ ਪਾਠ ਸਾਹਿਬ ਸਾਡੇ 9 ਵਜੇ ਆਰੰਭ ਹੋਣਗੇ ਇੱਕ ਅਖੰਡ ਪਾਠ ਸਾਹਿਬ ਤਕਰੀਬਨ 11:30 ਤੋਂ 12 ਵਜੇ ਦੇ ਦਰਮਿਆਨ ਆਰੰਭ ਹੋਵੇਗਾ ਸੰਤ ਬਾਬਾ ਮਾਨ ਸਿੰਘ ਜੀ ਅਤੇ ਹੋਰਾਂ ਦੀ ਬੱਠੀ ਯਾਦ ਵਿੱਚ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਬੇਨਤੀ ਕਰਦੇ ਹੋਏ ਸਰਦਾਰ ਕੁਲਵੰਤ ਸਿੰਘ ਪਿੰਡਰ ਅਤੇ ਸ੍ਰੀ ਗੁਰੂ ਸਿੰਘ ਸਭਾ ਦੇ ਸਮੁੱਚੇ ਪ੍ਰਬੰਧ ਵੱਲੋਂ ਜਿਨ੍ਹਾਂ ਦੇ ਭੋਗ ਐਤਵਾਰ ਨੂੰ ਤਕਰੀਬਨ 11 ਵਜੇ ਪੈਣਗੇ ਆਪ ਸੰਗਤਾਂ ਨੂੰ ਪੰਥ ਦੇ ਪ੍ਰਸਿੱਧ ਕਥਾਵਾਚਕ ਸਤਿਕਾਰਯੋਗ ਗਿਆਨੀ ਸੁਰਿੰਦਰ ਸਿੰਘ ਜੀ ਪਟਿਆਲੇ ਵਾਲੇ ਜੋ ਕਿ ਸਾਡੇ ਕੋਲ ਪਹਿਲੀ ਵਾਰੀ ਆਏ ਹਨ ਵੱਡੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਇਹਨਾਂ 'ਤੇ 1 ਘੰਟੇ ਵਾਸਤੇ ਆਪ ਸੰਗਤਾਂ ਨੂੰ ਚੱਲਦੇ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰਾ ਰਹੇ ਹਨ ਆਓ ਬੜੇ ਪਿਆਰ ਦੇ ਨਾਲ ਗੁਰੂ ਚਰਨਾਂ ਨਾਲ ਜੁੜਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ